ਜਿਵੇਂ ਕਿ ਪਿਛਲੇ ਲੰਬੇ ਸਮੇਂ ਤੋਂ ਹਰ ਇੱਕ ਵਿਅਕਤੀ, ਚਾਹੇ ਉਹ ਸਿਆਸੀ ਵਿਅਕਤੀ ਹੋਵੇ, ਚਾਹੇ ਸਮਾਜ ਸੇਵੀ ਹੋਵੇ, ਚਾਹੇ ਸੰਤ ਸਮਾਜ ਹੋਵੇ, ਸਾਡੀ ਇਸ ਲੋਹੀਆਂ ਇਲਾਕੇ ਵਿੱਚ ਬਹੁਤ ਜ਼ਿਆਦਾ ਮਦਦ ਕਰ ਰਹੇ ਆ ਔਰ ਅਸੀਂ ਉਹਨਾਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਹਾਂ। ਔਰ ਬਤੌਰ ਡਾਕਟਰ ਹੋਣ ਦੇ ਨਾਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜੋ ਸਮਾਜ ਦੇ ਲਈ ਕਰ ਸਕੀਏ ਉਹ ਕਰੀਏ। ਸੋ ਮੇਰੇ ਵੱਲੋਂ ਇੱਕ ਬੇਨਤੀ ਹੈ ਕਿ ਇਸ ਇਲਾਕੇ ਦੇ ਜਿੰਨੇ ਵੀ ਹੜ੍ਹ ਪੀੜਤ ਨੇ, ਅਗਰ ਉਹਨਾਂ 'ਚੋਂ ਕਿਸੇ ਨੂੰ ਵੀ ਓਪਰੇਸ਼ਨ ਦੀ ਜ਼ਰੂਰਤ ਪਵੇ ਜਾਂ ਕਿਸੇ ਨੂੰ ਇਲਾਜ ਦੀ ਜ਼ਰੂਰਤ ਪਵੇ, 3 ਮਹੀਨੇ ਤੱਕ ਮੇਰੇ ਹੌਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਅਤੇ ਓਪਰੇਸ਼ਨ ਫ੍ਰੀ ਕੀਤੇ ਜਾਣਗੇ। ਸੋ ਜੇਕਰ ਸੰਬੰਧਿਤ ਕਿਸੇ ਨੂੰ ਲੋੜ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ। ਔਰ ਅਸੀਂ ਇੱਕ ਵਾਰ ਫਿਰ ਤੋਂ ਪੂਰੀ ਮਨੁੱਖਤਾ ਦੇ ਲਈ, ਹਰ ਇੱਕ ਪੰਜਾਬੀਆਂ ਦਾ ਔਰ ਹਰ ਇੱਕ ਸੰਤ ਸਮਾਜ ਦਾ ਔਰ ਹਰ ਇੱਕ ਵਿਅਕਤੀ ਦਾ ਜਿਹਨੇ ਲੋਹੀਆਂ ਦੇ ਹੜ੍ਹ ਪੀੜਤਾਂ ਦੇ ਲਈ ਇੱਕ ਇੱਕ ਰੁਪਈਆ ਵੀ ਦਿੱਤਾ, ਉਹਨਾਂ ਸਾਰਿਆਂ ਦੇ ਅਸੀਂ ਬਹੁਤ ਧੰਨਵਾਦੀ ਹਾਂ। ਸੋ ਆਪਣਾ ਐਡਰੈਸ ਦੇ ਦਿਓ ਜੀ ਹੌਸਪੀਟਲ ਦਾ। ਸੋ ਮੈਂ ਜਿੱਦਾਂ ਮੈਂ ਬੇਨਤੀ ਕੀਤੀ ਕਿ ਅਗਰ ਕਿਸੇ ਨੂੰ ਵੀ ਹੜ੍ਹ ਪੀੜਤਾਂ ਨੂੰ ਆਪਣੇ ਇਲਾਜ ਦੀ ਜ਼ਰੂਰਤ ਪਵੇ ਜਾਂ ਕਿਸੇ ਤਰ੍ਹਾਂ ਦਾ ਵੀ ਓਪਰੇਸ਼ਨ ਦੀ ਸੰਬੰਧਿਤ ਜ਼ਰੂਰਤ ਪਵੇ, ਉਹ ਮਹਿਤਪੁਰ ਵਿਖੇ ਮੇਰੇ ਦੁਆਬਾ ਹੌਸਪੀਟਲ ਵਿੱਚ ਸਾਡੇ ਨਾਲ ਸੰਪਰਕ ਕਰ ਸਕਦੇ ਆ ਔਰ ਅਸੀਂ ਉਹਨਾਂ ਦਾ ਫ੍ਰੀ ਇਲਾਜ ਅਤੇ ਫ੍ਰੀ ਓਪਰੇਸ਼ਨ ਕਰਾਂਗੇ ਤਾਂ ਜੋ ਅਸੀਂ ਵੀ ਮਨੁੱਖਤਾ ਦੀ ਸੇਵਾ ਦੇ ਵਿੱਚ ਯੋਗਦਾਨ ਪਾ ਸਕੀਏ। ਸੋ ਇਹਨਾਂ ਸ਼ਬਦਾਂ ਨਾਲ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਜੋ ਵੀ ਇੱਥੇ ਸਾਡੇ ਕੋਲ ਸੰਤ ਸਮਾਜ ਦੇ ਲੋਕ ਲੋਹੀਆਂ ਦੇ ਵਿੱਚ ਆਏ ਨੇ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।